ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਲੁਧਿਆਣਾ ਕੇ ਥਾਣਾ ਦਰੇਸੀ ਕੀ ਪੁਲਿਸ ਨੇ ਗਤ ਦਿਵਸ ਪੁਰਾਣੀ ਸਬਜ਼ੀ ਮੰਡੀ ਮੇਂ ਹੁਏ ਸਤਪਾਲ ਨਾਮਕ ਵਿਅਕਤੀ ਕੇ ਕਤਲ ਕੇ ਮਾਮਲੇ ਮੇਂ ਏਕ ਦੋਸ਼ੀ ਕੋ ਗ੍ਰਿਫਤਾਰ ਕਰਕੇ ਮਸਲੇ ਕੋ ਸੁਲਝਾ ਲਿਆ। ਜਾਣਕਾਰੀ ਦਿੱਤੇ ਹੋਏ ਏਡੀਸੀਪੀ ਗੁਰਪ੍ਰੀਤ ਸਿਕੰਦ ਨੇ ਬਤਾਇਆ ਕਿ ਪੁਰਾਣੀ ਸਬਜ਼ੀ ਮੰਡੀ ਮੇਂ ਮਾਮੂਲੀ ਬਾਤ ਕੋ ਲੇਕਰ ਰੰਜਿਸ਼ ਕੇ ਤਹਿਤ ਦੋਸ਼ੀ ਨੇ ਮ੍ਰਿਤਕ ਸਤਪਾਲ ਕੇ ਸਿਰ ਪਰ ਲੋਹੇ ਕੀ ਰਾਡ ਮਾਰ ਕਰ ਹੱਤਿਆ ਕਰ ਦੀ। ਸਿਕੰਦ ਨੇ ਬਤਾਇਆ ਕਿ ਏਸੀਪੀ ਲਖਬੀਰ ਟਵਾਨਾ ਵ ਐਸਐਚਓ ਰਜਵੰਤ ਨੇ ਫੌਰਨ ਹਰਕਤ ਮੇਂ ਆਤੇ ਹੋਏ ਦੋਸ਼ੀ ਕੋ ਭਾਗਨੇ ਸੇ ਪਹਿਲੇ ਦਬੋਚ ਲਿਆ ਔਰ ਦੋਸ਼ੀ ਸੇ ਕਤਲ ਮੇਂ ਇਸਤੇਮਾਲ ਕੀ ਗਈ ਲੋਹੇ ਕੀ ਰਾਡ ਵੀ ਬਰਾਮਦ ਕਰ ਲਈ ਹੈ। ਸਿਕੰਦ ਨੇ ਕਿਹਾ ਕਿ ਆਰੋਪੀ ਪਰ ਥਾਣਾ ਦਰੇਸੀ ਮੇਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਉਸੇ ਮਾਨਯੋਗ ਅਦਾਲਤ ਮੇਂ ਪੇਸ਼ ਕੀਆ ਜਾਏਗਾ। ਸਤਪਾਲ ਇੱਕ 55 ਸਾਲ ਦਾ ਪੱਲੇਦਾਰ ਸੀਗਾ, ਇਹ ਪਿੰਡ ਹੁਸੈਨਪੁਰੇ ਦਾ ਰਹਿਣ ਵਾਲਾ, ਹੁਸੈਨਪੁਰਾ ਜਲੰਧਰ ਬਾਈਪਾਸ ਦੇ ਕੋਲੇ ਜੇ ਇਹ ਪੱਲੇਦਾਰੀ ਕਰਦਾ। 20 ਸਾਲ ਤੋਂ ਘਰੋਂ ਬੇਦਖਲ ਕੀਤਾ ਹੋਇਆ ਸੀ, ਇੱਥੇ ਸੋਜੀ ਮੰਡੀ 'ਚ ਸੌਂਦਾ ਸੀ, ਇੱਥੇ ਕੰਮ ਕਰਦਾ ਸੀ। ਇਹਦਾ ਇੱਕ ਕੱਲ੍ਹ ਇਹਦਾ ਡੈੱਡ ਬੋਡੀ ਮਿਲੀ ਸੀ, ਪੂਰੀ ਤਰ੍ਹਾਂ ਭੰਨਿਆ ਹੋਇਆ ਸੀ ਮੂੰਹ ਅਤੇ ਸਿਰ, ਇਹਦਾ ਬਲੰਟ ਹੈਵੀ ਬਲੰਟ ਵੈਪਨ ਨਾਲ। ਤਾਂ ਜਦੋਂ ਕੱਲ੍ਹ ਕੇਸ ਰਜਿਸਟਰ ਕੀਤਾ, ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਜਿਹੜਾ ਮੇਨ ਮੁਲਜ਼ਮ ਸੀ ਉਹ ਫੜ ਲਿਆ। ਉਹ ਸੀਗਾ ਬ੍ਰਿਜੇਸ਼ ਮਿਸ਼ਰਾ ਸੀ, ਇੱਕ ਇੱਥੇ ਪੈਟਰੋਲ ਪੰਪ 'ਤੇ ਕੰਮ ਕਰਦਾ, ਉਹ ਕਿਸੇ ਟਰੱਕ 'ਤੇ ਲੱਗਿਆ ਹੋਇਆ ਸਿਲੰਡਰ ਟਾਈਪ। ਤਾਂ ਉਹਨੂੰ ਇਹ ਤੰਗ ਤੁੰਗ ਕਰਦਾ ਸੀ, ਧੱਕੇ ਨਾਲ ਉਹਦੇ ਕਮਰੇ 'ਚ ਆ ਜਾਂਦਾ ਸੀ, ਡਰਿੰਕ ਵਗੈਰਾ ਕਰਦਾ ਸੀ। ਇਸ ਕਰਕੇ ਇਸ ਚੀਜ਼ ਤੋਂ ਇਹਨੇ ਪਲੈਨ ਕਰਕੇ ਇਹਨੂੰ ਮਾਰਤਾ, ਰੌਲਾ ਮਾਰ ਕੇ। ਇੱਕ ਵਾਰੀ 6 ਮਹੀਨੇ ਪਹਿਲਾਂ ਇਹਨੇ ਇਹਦਾ ਗਿੱਟਾ ਵੀ ਭੰਨਿਆ ਸੀ, ਤੂੰ ਇੱਥੇ ਨਾ ਆਇਆ ਕਰ। ਛੋਟੀ ਜਿਹੀ ਤਨਖਾਹ ਸੀ ਇਹਦੀ, ਥੋੜ੍ਹੀ ਜਿਹੀ 5,500, ਉਹ ਸਾਰਾ ਇਹੀ ਆ ਕੇ ਖਾ ਖੂ ਜਾਂਦਾ ਸੀਗਾ। ਉਹਦੇ ਕਰਕੇ ਤੰਗ ਬਹੁਤ ਸੀਗਾ, ਘਰੇ ਭੇਜਣ ਨੂੰ ਪੈਸੇ ਨਹੀਂ ਸੀ ਇਹਦੇ ਕੋਲ। ਇਸ ਕਰਕੇ ਇਹਨੇ ਹੁਣ ਜਿਹੜਾ ਮੇਨ ਮੁਲਜ਼ਮ ਵੀ ਫੜ ਲਿਆ ਆਪਣੇ ਏਸੀਪੀ ਟਵਾਣਾ ਸਾਹਿਬ ਅਤੇ ਇੰਸਪੈਕਟਰ ਰਾਜਵੰਤ, ਇਹਨਾਂ ਨੇ ਟੀਮ ਬਣੀ ਹੈ, ਇਹਨਾਂ ਨੇ ਨਾਲ ਦੀ ਨਾਲ ਐਕਸ਼ਨ ਕਰਦੇ ਹੋਏ ਮੇਨ ਮੁਲਜ਼ਮ ਮੇਨ ਵੈਪਨ ਦੋਨੇ ਚੀਜ਼ਾਂ ਰਿਕਵਰ ਹੋ ਗਈਆਂ, ਇਹਨੂੰ ਅਰੈਸਟ ਕਰ ਲਿਆ। ਯੂਪੀ ਭੇਜਣ ਦੀ ਤਿਆਰੀ ਸੀ, ਇਹ ਨਹੀਂ, ਉਹ ਤਾਂ ਹੁਸੈਨਪੁਰੇ ਦਾ ਸੀਗਾ ਮਰਨ ਵਾਲਾ, ਲੋਕਲ ਲੋਕਲ ਸੀ ਆਪਣਾ, ਇਹ ਪ੍ਰਵਾਸੀ ਸੀ ਯੂਪੀ। ਇਹਨੇ ਭੱਜਣਾ ਸੀ ਜੇ 10 ਮਿੰਟ ਨਾ ਜੇ 10 ਮਿੰਟ ਮਤਲਬ ਅਸੀਂ ਇਹਨੂੰ ਥੋੜ੍ਹਾ ਜਿਹਾ ਇਹਨੇ ਤਿਆਰੀ ਸੀਗਾ ਇੱਥੋਂ ਛੱਡ ਕੇ ਭੱਜਣ ਦੀ 'ਚ, ਪਰ ਪੁਲਿਸ ਨੇ ਟਾਈਮਲੀ ਐਕਸ਼ਨ ਕਰਦੇ ਹੋਏ ਇਹਨਾਂ ਨੇ ਆਪਣੇ ਏਸੀਪੀ ਟਵਾਣਾ ਸਾਹਿਬ ਅਤੇ ਰਾਜਵੰਤ ਜੀ ਨੇ ਇਹਨੂੰ ਮਤਲਬ ਦਬੋਚ ਲਿਆ, ਨਾਲ ਇਹਦੇ ਤੋਂ ਰਿਕਵਰ ਕਰਾ ਲਿਆ ਜਿਹੜਾ ਵੈਪਨ ਸੀ। ਖੂਨ ਲਿਬੜੀ ਰੋਣ, ਥੈਂਕ ਯੂ। ਰਾਮ ਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ ਟੀਵੀ, ਲੁਧਿਆਣਾ।